ਹੁਣ ਇੱਕ ਵਾਰ ਫਿਰ ਤੋਂ ਰੁੱਖ ਕਰਦੇ ਹਾਂ ਪੰਚਾਇਤੀ ਚੋਣਾਂ ਦਾ, ਜਿਨ੍ਹਾਂ ਨੂੰ ਲੈ ਕੇ ਇੰਡੀਆ ਨਿਊਜ਼ ਪੰਜਾਬ ਤੁਹਾਡੇ ਤੱਕ ਪਹੁੰਚਾ ਰਿਹਾ ਹੈ ਗਰਾਊਂਡ ਰਿਪੋਰਟ। ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਪਹੁੰਚੇ ਸਾਡੇ ਸਹਿਯੋਗੀ ਜਗਤਾਰ ਭੁੱਲਰ, ਉਹਨਾਂ ਨੇ ਉੱਥੇ ਦੇ ਲੋਕਾਂ ਨਾਲ ਗੱਲਬਾਤ ਕੀਤੀ। ਸੁਣੇ ਉਹਨਾਂ ਦੇ ਮੁੱਦੇ, ਕੀ ਨੇ ਉਹਨਾਂ ਦੇ ਮੁੱਦੇ, ਆਓ ਸੁਣਦੇ ਹਾਂ। ਲੋਕਤੰਤਰ ਦੀ ਮੁੱਢਲੀ ਇਕਾਈ ਪੰਚਾਇਤੀ ਚੋਣਾਂ ਦਾ ਵੀ ਬਿਗਲ ਵੱਜ ਚੁੱਕਾ ਗਾ ਔਰ ਸਾਡੇ ਸਰਪੰਚ ਸਾਹਿਬ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਪੁੱਜੇ ਹਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਹਿਮਦਪੁਰਾ, ਜਿੱਥੇ ਇਸ ਟਾਈਮ ਪਿੰਡ ਦੇ ਲੋਕ ਚਰਚਾ ਕਰ ਰਹੇ ਨੇ ਕਿ ਇਸ ਵਾਰ ਕਿਹੜੇ ਮੁੱਦੇ ਹੋਣਗੇ ਔਰ ਇਹ ਸਾਰੇ ਪਿੰਡ ਦੇ ਲੋਕ ਨੇ ਜਿਨ੍ਹਾਂ ਦੇ ਨਾਲ ਗੱਲ ਕਰਾਂਗੇ ਕਿ ਇਸ ਵਾਰ ਕੀ ਮਾਹੌਲ ਹੈਗਾ, ਕੀ ਲੱਗਦਾ ਹੈਗਾ ਔਰ ਕੀ ਹੁਣ ਤੱਕ ਸਰਕਾਰਾਂ ਦਾ ਰਵੱਈਆ ਰਿਹਾ ਹੈਗਾ ਪੰਚਾਇਤਾਂ ਦੇ ਪ੍ਰਤੀ। ਤੁਹਾਨੂੰ ਲੱਗਦਾ ਹੈ ਕਿ ਸਰਕਾਰਾਂ ਦੀਆਂ ਨਜ਼ਰਾਂ ਦੇ ਵਿੱਚ ਪਿੰਡ ਵਿਕਾਸ ਪਿੰਡਾਂ ਦਾ ਹੋਇਆ ਕਿ ਨਹੀਂ ਹੋਇਆ ਜੀ? ਵਿਕਾਸ ਬਹੁਤ ਘੱਟ ਹੋਏ ਸਾਡੇ ਤਾਂ, ਸਾਡੇ ਤਾਂ ਨਿਰਮਲ ਜੱਜ ਨੇ ਨਹੀਂ ਹੋਣ ਦਿੱਤਾ, ਨਾ ਕੋਈ ਗ੍ਰਾਂਟ ਦਿੱਤੀ ਹੈ, ਨਾ ਕੋਈ ਕੰਮ ਹੋਣ ਦਿੱਤਾ। ਪਾਰਟੀ ਵਾਜੀ ਖੜੀ ਕਰਕੇ ਮੁਕੱਦਮੇ 13 ਚੱਲਦੇ ਨੇ ਪੰਚਾਇਤ ਪਰ। ਬਹੁਤ ਵਿਕਾਸ ਦੀ ਗੱਲ ਕੀਤੀ ਜਾਵੇ, ਤੁਹਾਨੂੰ ਕੀ ਲੱਗਦਾ ਪਿੰਡ ਦੇ ਵਿੱਚ ਹੋਰ ਕੀ ਵਿਕਾਸ ਹੋਣ ਵਾਲਾ, ਕਿਉਂਕਿ 70 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ ਜੀ? ਸਾਡੇ ਗਲੀਆਂ ਨਾਲੀਆਂ ਬਹੁਤ ਰਹਿ ਗਈਆਂ ਜੀ ਕੱਚੀਆਂ, ਹਾਂਜੀ ਸਭ ਵੰਡ ਤਾਂ ਰਹਿ ਗਏ, ਪਰ ਗ੍ਰਾਂਟ ਵੀ ਵਾਪਸ ਮੁੜ ਗਈ, ਵਿੱਚੋਂ ਪੰਚਾਇਤ ਸਸਪੈਂਡ ਕਰਾ ਤੀ, ਇੱਕ ਪੰਚ ਸਰਪੰਚ ਲਾਇਆ ਤਾ ਉਹਨੂੰ ਵੀ ਗ੍ਰਾਂਟਾਂ ਨਹੀਂ ਮਿਲੀਆਂ, ਉਹ ਵੀ ਟੁੱਟ ਗਿਆ। ਹਾਂਜੀ ਉਹਨੂੰ ਕਿਉਂ ਹਟਾਤਾ ਸੀ? ਝੂਠੇ ਮੁਕੱਦਮੇ ਜੀ, ਝੂਠੇ ਬਸ ਲਿਜਾ ਕੇ ਬਣ ਨੀ ਦਿੱਤਾ, ਕੁਛ ਵੀ ਕੁਛ ਨੀ ਬਣ ਦਿੱਤਾ। ਬਾਕੀ ਤਾਂ ਪਿੰਡ ਤੇ ਤੁਹਾਡਾ ਵੇਖਣ ਨੂੰ ਤਾਂ ਪੱਕਾ ਲੱਗਦਾ ਹੈਗਾ, ਹਜੇ ਵੀ ਕੋਈ ਕਮੀ ਬੱਕੇ ਦਾ ਹੀ ਤਾਂ ਆਪਣੀ ਜ਼ਮੀਨਾਂ ਜ਼ਮੀਨਾਂ ਡਿੱਗੇ ਡੁੱਕੇ ਵੇ ਲੈ ਤਾਂ ਕਰੇ ਵੇ ਇਹ ਤਾਂ ਪੱਕੇ ਕਰੇ ਵੇ ਹੈ, ਯਾਨੀ ਕਿ ਪੱਲਿਓਂ ਪੈਸੇ ਲਾਏ ਪਿੰਡ ਦੇ ਵਾਸਤੇ। ਹਾਂ ਪੱਲਿਓਂ ਪੱਲਿਓਂ ਹਾਂ ਕਾਸ ਹੋਗਾ। ਹੋਰ ਕੀ ਤੁਸੀਂ ਲੱਗਦਾ ਕਿ ਪਿੰਡ ਦੇ ਵਿੱਚ ਕੀ ਕੁਛ ਹੋਣਾ ਚਾਹੀਦਾ ਹੈਗਾ? ਪਿੰਡ ਦੇ ਵਿੱਚ ਗਲੀਆਂ ਨਾਲੀਆਂ ਜੀ, ਸਕੂਲ ਪ੍ਰਾਇਮਰੀ ਸਕੂਲ ਹੈ ਹਲੇ ਉਰੇ, ਮਿਡਲ ਸਕੂਲ ਨਹੀਂ ਹੈਗਾ, ਕੋਈ ਡਿਸਪੈਂਸਰੀ ਨਹੀਂ ਹੈਗੀ, ਕੋਈ ਹੋਰ ਵਿਕਾਸ ਨਹੀਂ, ਟੈਂਕੀ ਨਹੀਂ ਹੈਗੀ, ਬਿਲਕੁਲ ਹੀ ਪਿੰਡ ਦੇ ਵਿੱਚ ਬਹੁਤ ਪਿਛੜਿਆ ਹੋਇਆ ਪਿੰਡ ਆ ਜੀ ਇਹ। ਇਹ ਕਾਂਗਰਸੀ ਪਿੰਡ ਆ ਜੀ ਪੱਕਾ, ਪਰ ਇਹਦੇ ਵਿੱਚ ਕੋਈ ਕਾਂਗਰਸੀ ਹਾਲ ਚਾਲ ਨਹੀਂ ਨਾ ਪੁੱਛਣ ਆ ਰਿਹਾ ਜੀ, ਬਿਲਕੁਲ ਇਹ ਕੋਈ ਮਤਲਬ ਇਹਦੀ ਸਾਰ ਨਹੀਂ ਲੈ ਰਿਹਾ। ਤੇ ਫਿਰ ਬੱਚੇ ਕਿੱਥੇ ਪੜ੍ਹਨ ਜਾਂਦੇ ਸਕੂਲ ਦੇ ਜੀ? ਜੇ ਮੰਨ ਲਓ ਇੱਥੇ ਸਕੂਲ ਪ੍ਰਾਇਮਰੀ ਤੱਕ ਹੀ ਹੈਗਾ ਜੀ? ਬਲਾੜੀ ਸਕੂਲ ਹੈ ਜੀ, ਬਲਾੜੀ ਜਾਂਦੇ ਜੀ, ਬਲਾੜੀ ਜਾਂਦੇ। ਕਿੰਨੀ ਕੁ ਦੂਰ ਹੈਗਾ ਇੱਥੋਂ? ਹੈਗਾ ਜੀ 3 ਕਿਲੋਮੀਟਰ ਹੈ ਜੀ। ਕਿਤੇ ਇਹ ਨਹੀਂ ਲੱਗਦਾ ਕਿ ਅੱਜ ਦੇ ਮਾਹੌਲ ਦੇ ਨਾਲ ਕੁੜੀਆਂ 12ਵੀਂ ਜਮਾਤ ਤੋਂ ਬਾਅਦ ਹਟ ਹੀ ਜਾਂਦੀਆਂ ਹੈਗੀਆਂ, ਕਿਉਂਕਿ ਦਿੱਕਤ ਤੇ ਪਹਿਲਾਂ ਵੈਸੇ ਅੱਡਾ ਵੀ ਦੂਰ ਆ ਜੀ, ਊਂ ਵੀ ਜਾਣ ਨੂੰ ਕੁੜੀਆਂ ਨੂੰ ਤਾਂ ਜੀ ਵੈਸੇ ਵੀ ਕੋਈ ਸਾਧਨ ਨਹੀਂ, ਬੱਸ ਬੁੱਸ ਦਾ ਵੀ ਨਾ, ਲਾਈਟਾਂ ਲੱਗੀਆਂ ਪਿੰਡ 'ਚ, ਨਾ ਕੋਈ ਸਿਆਣਾ ਨੂੰ ਕੁਰਸੀ ਆਈ ਹੈ ਬੈਠਣ ਨੂੰ, ਪੈਸਾ ਹੀ ਨਹੀਂ ਆਇਆ ਜੀ ਮੁੜ ਕੇ ਪਿੰਡ ਨੂੰ ਪਹਿਲਾਂ ਤੋਂ, ਬਾਕੀ ਪੰਚਾਇਤਾਂ ਪਰ ਕੇਸ ਚੱਲੀ ਗਏ ਜੀ। ਕਿੰਨਾ ਕੀ ਹੁਣ ਤੱਕ ਵਿਕਾਸ ਹੋਇਆ? ਹੁਣ ਨਵੀਆਂ ਪੰਚਾਇਤ ਵੋਟਾਂ ਵੀ ਪੈਣ ਵਾਲੀਆਂ 30 ਤਰੀਕ ਨੂੰ, ਕੀ ਲੱਗਦਾ ਹੈਗਾ ਤੁਹਾਨੂੰ ਕਿ ਕੰਮ ਹੋਣਗੇ ਜੀ? ਸਮੇਂ ਦੇ ਹਿਸਾਬ ਨਾਲ ਬਹੁਤ ਘੱਟ ਵਿਕਾਸ ਹੋਇਆ ਵਾ ਪਿੰਡ ਦਾ ਜੀ, ਵੀ ਆਹ ਪਾਣੀ ਦਾ ਤੁਸੀਂ ਦੇਖ ਲਿਆ ਵੀ ਕਿਆ ਹਾਲਾਤ ਹੈ ਇਹ ਸਾਡੇ ਜੀ, ਵੀ ਇਹਦਾ ਸੀਵਰੇਜ ਪੈਣਾ ਚਾਹੀਦਾ, 2 ਪਿੰਡਾਂ ਦਾ ਗੰਦਾ ਪਾਣੀ ਆ ਰਿਹਾ ਜੀ ਸਾਡੇ, ਵੀ ਇਹਦਾ ਸੀਵਰੇਜ ਬਹੁਤ ਜ਼ਰੂਰੀ ਹੈ। ਦੂਜਾ ਫਿਰ ਬੱਚਿਆਂ ਵਾਸਤੇ ਕੋਈ ਗਰਾਊਂਡ ਨਹੀਂ ਖੇਲਣੇ ਨੂੰ, ਮੁੱਢਲਾ ਸਿਹਤ ਕੇਂਦਰ ਨਹੀਂ ਐਡੇ ਵੱਡੇ ਪਿੰਡ 'ਚ, ਇੱਕ ਡਿਸਪੈਂਸਰੀ ਹੈ ਛੋਟੀ ਜੀ, ਕਦੇ ਡਾਕਟਰ ਹੁੰਦਾ ਕਦੇ ਨਹੀਂ, ਨਹੀਂ ਉੱਥੇ ਇਹ ਜੇ ਸਾਰੀਆਂ ਸਹੂਲਤਾਂ ਸਾਡੇ ਪਿੰਡ ਨੂੰ ਚਾਹੀਦੀਆਂ, ਬੜਾ ਪਿੰਡ ਹੈ। ਕਿੰਨੀ ਕੁ ਵੋਟ ਹੈਗੀ ਪਿੰਡ ਦੀ ਹੈਗੀ ਜੀ? ਵੀਰੇ ਵੋਟ ਦਾ ਤਾਂ ਮੈਨੂੰ ਪਤਾ ਨਹੀਂ ਹੈਗਾ, 3000 ਦੇ ਕਰੀਬ ਹੋਊਗੀ ਵੀਰੇ। ਕਹਿਣ ਦਾ ਮਤਲਬ ਸਾਡੇ ਕੋਈ ਡਿਵੈਲਪਮੈਂਟ ਨਹੀਂ ਹੋਇਆ, ਨਾ ਕਿ ਬੱਚਿਆਂ ਦਾ, ਨਾ ਕਿ ਪਾਣੀ ਦੀ ਨਿਕਾਸ ਦਾ, ਸਾਡੇ ਨਾਲੀਆਂ ਵੀ ਕੋਈ ਨਹੀਂ ਬਣੀ ਹੈਗੀ। ਸਾਨੂੰ ਇਹੀ ਗੁੱਸਾ ਹੈ ਵੀ ਸਾਡੇ ਜਿਹੜੇ ਸਰਪੰਚ ਸਾਹਿਬ ਬਣਦੇ ਹੈ ਸਾਨੂੰ ਕੋਈ ਨਹੀਂ ਪੁੱਛਦਾ ਬਾਅਦ 'ਚ ਵੋਟਾਂ ਤੋਂ ਬਾਅਦ। ਸਰਪੰਚ ਦੇ ਨਾਲ ਸਰਪੰਚ ਸਾਹਿਬ ਲੱਗ ਜਾਂਦਾ ਹੈਗਾ ਪਰ ਪਿੰਡ ਨੂੰ ਨਹੀਂ ਪੁੱਛਦੇ? ਨਹੀਂ ਸਾਹਿਬ ਤਾਂ ਕਹਿਣਾ ਪੈਂਦਾ ਨੇ, ਕਿਉਂ ਜੀ ਇਹ ਬੜੇ ਆ, ਬੜੇ ਹੋ ਜਾਂਦੇ ਜਦੋਂ ਪਿੰਡ ਦੇ ਵਿੱਚ ਹੁਣ ਤਾਂ ਸਾਨੂੰ ਸਰਪੰਚ ਸਾਹਿਬ ਕਹਿਣਾ ਪੈਂਦਾ। ਅੱਛਾ ਇੰਨਾ ਰੋਡ ਦੇ ਨਾਲ ਬਿਲਕੁਲ ਪਿੰਡ ਹੈਗਾ, ਮੋਹਾਲੀ ਦੇ ਨਾਲ ਜੁੜਿਆ ਤੇ ਫਿਰ ਵੀ ਵਿਕਾਸ ਨਹੀਂ ਹੋਇਆ, ਫਤਿਹਗੜ੍ਹ ਸਾਹਿਬ ਦਾ ਹਿੱਸਾ ਹੈਗਾ? ਨਹੀਂ ਸਰ ਇਹ ਗੱਲ ਨਹੀਂ ਹੈਗੀ, ਫਤਿਹਗੜ੍ਹ ਸਾਹਿਬ ਦੇ ਨਾਲ ਹੈਗਾ ਸੀ ਪਰ ਲੇਕਿਨ ਕਿ ਸਾਨੂੰ ਤਾਂ ਪਿਛੜਾ ਇਲਾਕਾ ਸਮਝਦੇ ਆ ਇਹ। ਖੇਡਦੇ ਕਿ ਗਰਾਊਂਡ 'ਚ ਵੀ ਜਾਂਦੇ ਕਿ ਜਾਂ ਪਿੰਡ 'ਚ ਗਰਾਊਂਡ ਨਹੀਂ? ਗਰਾਊਂਡ ਤਾਂ ਹੈ ਨਹੀਂ ਹੈ ਜੀ, ਹੈ ਨਹੀਂ ਖੇਡਣੀ ਉਹ ਤਾਂ ਗਰਾਊਂਡ ਹੀ ਨਹੀਂ ਹੈ ਜੀ, ਪੰਚਾਇਤ ਨੇ ਬਣਾਇਆ ਹੀ ਨਹੀਂ ਹੈ। ਸਰਕਾਰੀ ਸਕੂਲ ਮਾ ਗਰਾਊਂਡ ਹੈ ਜੀ, ਉੱਥੇ ਦੇ ਕਈ ਟੀਚਰ ਭੇਜ ਦਿੰਦੇ ਵੀ ਉਰੇ ਨਾ ਖੇਲੇ ਕਰੋ ਜੀ, ਗਰਾਊਂਡ ਹੀ ਨਹੀਂ ਹੈ ਜੀ ਸੀ। ਗਰਾਊਂਡ ਕਿੱਡੀ ਹੈ ਸਕੂਲ ਦੇ ਵਿੱਚ? ਗਰਾਊਂਡ ਕਿੱਡੀ ਹੈ ਜੀ? ਹੈਗਾ ਜੀ ਹੁਣ ਜੀ 1.5 ਕਿੱਲੇ ਵਿੱਚ ਜੀ, ਉਹ ਵੀ ਛੁੱਟੀ ਦੇ ਬਾਅਦ ਚਿੰਤਾ ਜੀ। ਸਰ ਦੂਜੀ ਪਾਰਟੀ ਨਹੀਂ ਮੰਨਦੀ ਹੈਗੀ, ਦੂਜੀ ਪਾਰਟੀ ਇਹ ਕਹਿੰਦੀ ਹੈ ਵੀ ਸਾਡੇ ਵਰਗਾ ਹੈ ਹੀ ਕੋਈ ਨਹੀਂ। ਇਹ ਮਸਲਾ ਪਿੰਡ ਵਾਲਿਆਂ ਦਾ ਹੈਗਾ, ਮਸਲੇ ਤਾਂ ਬਹੁਤ ਨੇ ਪਰ ਛੋਟੇ ਛੋਟੇ ਕਿ ਲੇਕਿਨ ਸਰਕਾਰਾਂ ਦੇ ਜਿਹੜੇ ਧਿਆਨ ਆ ਉਹ ਪਿੰਡਾਂ ਵੱਲ ਨਹੀਂ ਰਹਿ ਗਏ। ਪਿੰਡਾਂ ਦੀ ਯਾਦ, ਲੋਕਾਂ ਦੀ ਯਾਦ ਉਦੋਂ ਆਉਂਦੀ ਜਦੋਂ 5 ਸਾਲ ਬਾਅਦ
ਵਿਧਾਨ ਸਭਾ ਚੋਣਾਂ ਦੀਆਂ ਜਾਂ ਫਿਰ ਲੋਕ ਸਭਾ, ਲੇਕਿਨ ਜਦ ਲੋਕਾਂ ਨੇ ਆਪਣੀ ਸਰਕਾਰ ਚੁਣੀ ਹੁੰਦੀ, ਜਦ ਲੋਕਾਂ ਨੇ ਆਪਣਾ ਸਰਪੰਚ ਸਾਹਿਬ ਚੁਣਨਾ ਹੁੰਦਾ, ਉਦੋਂ ਵੀ ਜਿਹੜੇ ਪਿੰਡ ਦੇ ਮਸਲੇ ਹੱਲ ਨਹੀਂ ਹੁੰਦੇ, ਲੋਕਾਂ ਦੀ ਕੋਸ਼ਿਸ਼ ਕਿ ਸਰਬਸੰਮਤੀ ਨਾਲ ਹੋਵੇ, ਪਿੰਡ ਦਾ ਵਿਕਾਸ ਹੋਵੇ, ਲੇਕਿਨ ਇਹ ਸਰਬਸੰਮਤੀ ਬਹੁਤ ਘੱਟ ਪਿੰਡਾਂ ਵਿੱਚ ਹੁੰਦੀ ਹੈ, ਸ਼ਾਇਦ ਇਸੇ ਕਰਕੇ ਪਿੰਡ ਪਛੜੇ ਗਏ ਔਰ ਨਿਕਲ ਗਏ ਨੇ। ਕੈਮਰਾ ਸ਼ਸ਼ੀਪਾਲ ਦੇ ਨਾਲ ਜਗਤਾਰ ਸਿੰਘ, ਇੰਡੀਆ ਨਿਊਜ਼ ਪੰਜਾਬ, ਚੁੰਨੀ ਕਲਾਂ, ਫਤਿਹਗੜ੍ਹ ਸਾਹਿਬ।